ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ ਪਹੁੰਚੇ ਹਾਂ ਜੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤਪ ਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜੀ, ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਗੜ੍ਹਸ਼ੰਕਰ ਦੇ ਵਿੱਚ ਇਹ ਸਥਾਨ ਪੈਂਦਾ ਆ ਜੀ। ਆ ਜਾਓ ਆਪਾਂ ਸਾਰੇ ਜਣੇ ਰਲ ਮਿਲ ਕੇ ਜੀ ਅੱਜ ਇਸ ਸਥਾਨ ਦੇ ਜੀ ਤਪ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਵੱਧ ਸ਼ੇਅਰ ਕਰਿਆ ਕਰੋ, ਅਗਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਿਆ ਕਰੋ, ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਜੀ। ਆਓ ਚੱਲੀਏ ਜੀ, ਹੁਣ ਆਪਾਂ ਦਰਸ਼ਨ ਕਰੀਏ ਅਤੇ ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ। ਚੱਲਦੇ ਹਾਂ ਹੁਣ ਆਪਾਂ ਤਪ ਸਥਾਨ ਦੇ ਅੰਦਰ ਜੀ। ਇਸ ਸਾਈਡ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਕਰ ਸਕਦੇ ਆਪਾਂ ਆਪਣੇ ਵਹੀਕਲ ਦੀ, ਮੋਟਰਸਾਈਕਲ ਆਪਾਂ ਆਪਣਾ ਪਾਰਕ ਕਰਤਾ ਜੀ। ਇਸ ਸਾਈਡ ਬਣਿਆ ਹੋਇਆ ਜੀ ਜੋੜਾ ਘਰ, ਇੱਥੇ ਆਪਾਂ ਆਪਣਾ ਜੋੜਾ ਜਮ੍ਹਾਂ ਕਰਵਾ ਸਕਦੇ ਹਾਂ, ਦੇਖ ਸਕਦੇ ਤੁਸੀਂ ਆਪਣੀ ਸਕਰੀਨ ਉੱਪਰ। ਇਹ ਨੇ ਜੀ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਜਿੱਥੋਂ ਆਪਾਂ ਰੁਮਾਲ ਅਤੇ ਹੋਰ ਸਮਾਨ ਖਰੀਦ ਸਕਦੇ ਹਾਂ, ਬੱਚਿਆਂ ਵਾਸਤੇ ਖਿਡੌਣੇ ਵੀ ਇੱਥੋਂ ਮਿਲ ਜਾਂਦੇ ਨੇ ਜੀ। ਪ੍ਰਸ਼ਾਦ ਲੈਣਾ ਹੋਵੇ ਤਾਂ ਆਪਾਂ ਇਸ ਦੁਕਾਨਾਂ ਤੋਂ ਲੈ ਸਕਦੇ ਹਾਂ, ਇਹਨਾਂ ਦੁਕਾਨਾਂ ਤੋਂ ਲੈ ਸਕਦੇ ਹਾਂ ਜੀ। ਇਹ ਜੀ ਸੋਹਣਾ ਉੱਚਾ ਨਿਸ਼ਾਨ ਸਾਹਿਬ ਇਸ ਸਥਾਨ ਉੱਪਰ ਝੂਲਦਾ ਹੋਇਆ ਜੀ। ਜੇਕਰ ਆਪਾਂ ਜੀ ਇਸ ਜਗ੍ਹਾ ਉੱਤੇ ਰਿਹਾਇਸ਼ ਕਰਨੀ ਹੋਵੇ ਤਾਂ ਕਮਰੇ ਮਿਲ ਜਾਂਦੇ ਨੇ, ਆਪਾਂ ਇਸ ਜਗ੍ਹਾ ਰਿਹਾਇਸ਼ ਵੀ ਕਰ ਸਕਦੇ ਹਾਂ। ਜਾਣੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਜੀ ਆਪਾਂ ਨੂੰ ਇਸ ਸਥਾਨ ਦੇ ਉੱਤੇ ਨਹੀਂ ਆਉਂਦੀ ਜੀ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇਤਿਹਾਸ ਮੁਤਾਬਕ ਕਿਹਾ ਜਾਂਦਾ ਜੀ 4 ਸਾਲ 11 ਮਹੀਨੇ 2 ਦਿਨ ਇਸ ਜਗ੍ਹਾ ਉੱਤੇ ਰਹੇ ਜੀ, ਤਪੱਸਿਆ ਕੀਤੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ। ਜਿਹੜਾ ਉਰੇ ਦਾ ਰਾਜਾ ਸੀਗਾ ਰਾਜਾ ਬੈਨ ਸਿੰਘ ਜੀ, ਉਸ ਨੂੰ ਤਕਲੀਫ ਹੋਈ, ਪਰੇਸ਼ਾਨੀ ਹੋਈ ਜੀ, ਉਸਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਜੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ, ਚੱਕੀ ਚਲਾਉਣ ਦੀ ਸਜ਼ਾ ਲਾਈ ਗਈ ਜੀ, ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਰ ਨੇ ਜੇਲ੍ਹ ਦੇ ਵਿੱਚ ਬੰਦ ਕੀਤਾ ਜੀ, ਉਹਨਾਂ ਨੂੰ ਵੀ ਚੱਕੀ ਚਲਾਉਣ ਦੀ ਸਜ਼ਾ ਲਾਈ ਗਈ ਸੀਗੀ ਜੀ। ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੂੰ ਜਦੋਂ ਸਜ਼ਾ ਲਾਈ ਗਈ ਚੱਕੀ ਚਲਾਉਣ ਦੀ, ਤਾਂ ਰਾਜੇ ਨੇ ਇੱਕ ਦਿਨ ਦੇਖਿਆ ਜੀ ਚੱਕੀ ਆਪਣੇ ਆਪ ਚੱਲ ਰਹੀ ਸੀ, ਉਸ ਨੂੰ ਗਿਆਨ ਹੋਇਆ ਜੀ, ਉਹ ਚਰਨੀ ਢਹਿ ਪਿਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀ, ਅਤੇ ਉਹਨੇ ਮਾਫ਼ੀ ਮੰਗੀ ਜੀ। ਇਸ ਜਗ੍ਹਾ ਚੱਕੀ ਪਈ ਆ, ਆਪਾਂ ਉਸ ਚੱਕੀ ਦੇ ਦਰਸ਼ਨ ਕਰਦੇ ਹਾਂ ਜਿਹੜੀ ਆਪ ਮਹਾਰਾਜ ਚੱਲਣ ਲੱਗ ਗਈ ਸੀਗੀ ਜੀ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਚਰਨ ਗੰਗਾ ਪ੍ਰਗਟ ਕੀਤੀ, ਉਰੇ ਗੰਗਾ ਪ੍ਰਗਟ ਕੀਤੀ ਸੀਗੀ ਜੀ, ਆਪਾਂ ਉਹਦੇ ਵੀ ਦਰਸ਼ਨ ਕਰਦੇ ਹਾਂ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਆ ਕਰੋ। ਇੱਕ ਤੁਸੀਂ ਹੋਰ ਦੇਖੋ, ਜਿਹੜੇ ਸੇਵਾਦਾਰ ਉਰੇ ਆਉਂਦੇ ਨੇ ਸੇਵਾ ਕਰਦੇ ਨੇ, ਤੁਸੀਂ ਦੇਖ ਸਕਦੇ ਹੋ ਬਾਰਿਸ਼ ਹੋਈ ਸੀ ਅਤੇ ਜਿਹੜਾ ਫਰਸ਼ ਸੀ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ, ਮਿੱਟੀ ਆ ਗਈ ਸੀ ਇਹਦੇ ਉੱਤੇ। ਇਹ ਸੇਵਾਦਾਰ ਇਸ ਜਗ੍ਹਾ ਸੇਵਾ ਕਰ ਰਹੇ ਨੇ ਜੀ, ਇਸ ਨੂੰ ਧੋ ਰਹੇ ਨੇ, ਸਾਫ਼ ਕਰ ਰਹੇ ਨੇ। ਜਾਣੀ ਜਦੋਂ ਸੰਗਤ ਵੱਧ ਜਾਂਦੀ ਆ ਤਾਂ ਇਸ ਜਗ੍ਹਾ ਦੇ ਉੱਤੇ ਬੈਠ ਸਕਦੀ ਆ ਜੀ, ਇਸ ਲਈ ਇਸ ਫਰਸ਼ ਨੂੰ ਸਾਫ਼ ਕੀਤਾ ਜਾ ਰਿਹਾ ਜੀ। ਜਦੋਂ ਵੀ ਆਪਾਂ ਕਿਸੇ ਧਾਰਮਿਕ ਸਥਾਨ ਦੇ ਉੱਤੇ ਆਉਂਦੇ ਹਾਂ ਤਾਂ ਆਪਣਾ ਫਰਜ਼ ਬਣਦਾ ਆ ਵੀ ਜੋ ਲੋੜ ਆ ਉੱਥੇ ਸੇਵਾ ਦੀ, ਸਾਨੂੰ ਉਹ ਸੇਵਾ ਕਰਨੀ ਚਾਹੀਦੀ ਆ ਜੀ। ਉਸ ਚੱਕੀ ਦੇ ਦਰਸ਼ਨ ਕਰਦੇ ਹਾਂ ਜੀ ਜਿਹੜੇ ਆਪਣੇ ਆਪ ਚੱਲਣ ਲੱਗ ਗਈ ਸੀ ਜੀ।
ਵੀ ਲਾਣਾ ਥੋੜੀ। ਆਜੋ ਜੀ ਹੁਣ ਆਪਾਂ ਦਰਸ਼ਨ ਕਰਦੇ ਹਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸ ਚੱਕੀ ਦੇ, ਇਤਿਹਾਸਕ ਚੱਕੀ ਦੇ ਜੀ, ਜਿਹੜੀ ਆਪਣੇ ਆਪ ਚੱਲਣ ਲੱਗ ਗਈ ਸੀ ਜਦੋਂ ਰਾਜੇ ਬੈਣ ਸਿੰਘ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਜ਼ਾ ਲਾਈ ਸੀ ਚੱਕੀ ਚਲਾਉਣ ਦੀ ਜੀ। ਇਹ ਉਹ ਇਤਿਹਾਸਕ ਚੱਕੀ ਆ ਜੀ, ਆਪਾਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਜ਼ਿੰਦਗੀ 'ਚ ਮੌਕਾ ਲੱਗਿਆ ਤਾਂ ਜ਼ਰੂਰ ਜੀ ਇੱਕ ਵਾਰ ਇਸ ਸਥਾਨ ਦੇ ਦਰਸ਼ਨ ਕਰਨ ਆਇਓ ਜੀ। ਬਹੁਤ ਸੋਹਣਾ ਅਤੇ ਵੱਡਾ ਇਹ ਸਥਾਨ ਬਣਿਆ ਹੋਇਆ ਜੀ। ਆਪਾਂ ਜੀ ਦਰਸ਼ਨ ਕਰ ਲਏ ਨੇ ਉਸ ਇਤਿਹਾਸਕ ਚੱਕੀ ਦੇ ਜੀ, ਜਿਹੜੀ ਆਪਣੇ ਆਪ ਚੱਲਣ ਲੱਗ ਗਈ ਸੀ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅੰਦਰ ਪ੍ਰਤਿਮਾ ਲੱਗੀ ਹੋਈ ਆ, ਮੂਰਤੀ ਲੱਗੀ ਹੋਈ ਆ, ਆਪਾਂ ਉਹਦੇ ਵੀ ਦਰਸ਼ਨ ਕਰ ਲਏ ਨੇ ਜੀ। ਆਜੋ ਹੁਣ ਆਪਾਂ ਚੱਲਦੇ ਹਾਂ ਗੁਰੂ ਕੇ ਲੰਗਰਾਂ ਵੱਲ ਜੀ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ। ਜੇਕਰ ਆਪਾਂ ਕੋਈ ਸੇਵਾ ਕਰਨੀ ਹੋਵੇ ਤਾਂ ਸੇਵਾ ਵੀ ਇਸ ਲੰਗਰ ਹਾਲ ਦੇ ਵਿੱਚ ਕਰ ਸਕਦੇ ਹਾਂ। ਇੱਕ ਦਿਨ ਜੀ ਸੰਗਤਾਂ ਇਕੱਠੀਆਂ ਹੋ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੋਲ ਆਈਆਂ। ਰਾਜਾ ਬੈਣ ਸਿੰਘ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੋਲ ਆਇਆ। ਉਹਨਾਂ ਨੇ ਬੇਨਤੀ ਕੀਤੀ ਵੀ ਇਸ ਏਰੀਏ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਆ, ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ, ਪਾਣੀ ਦੀ ਬਹੁਤ ਜ਼ਿਆਦਾ ਕਮੀ ਆ। ਤਾਂ ਇਸ ਜਗ੍ਹਾ ਦੇ ਉੱਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸੱਜੇ ਪੈਰ ਦੇ ਸੱਜੇ ਅੰਗੂਠੇ ਨਾਲ ਜੀ ਗੰਗਾ ਪ੍ਰਗਟ ਕੀਤੀ ਸੀ। ਚਰਨ ਛੋਹ ਗੰਗਾ ਆ ਜੀ, ਆਪਾਂ ਉਹ ਗੰਗਾ ਦੇ ਵੀ ਦਰਸ਼ਨ ਕਰਦੇ ਹਾਂ ਜੀ। ਅਤੇ ਇਸ ਜਗ੍ਹਾ ਰਾਜੇ ਬੈਣ ਸਿੰਘ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਵੀ ਤੂੰ ਇਸ ਗੰਗਾ ਨੂੰ ਜਿੰਨੀ ਦੂਰ ਤੱਕ ਲੈ ਕੇ ਜਾਣਾ ਚਾਹੇ ਲਿਜਾ ਸਕਦਾ ਆ, ਇਹ ਤੇਰੇ ਪਿੱਛੇ ਪਿੱਛੇ ਚੱਲਦੀ ਆਵੇਗੀ। ਰਾਜਾ ਬੈਣ ਸਿੰਘ ਤਕਰੀਬਨ ਜੀ ਇਤਿਹਾਸ ਮੁਤਾਬਕ ਕਿਹਾ ਜਾਂਦਾ ਵੀ ਤਕਰੀਬਨ 300 ਤੋਂ 400 ਮੀਟਰ ਦੀ ਦੂਰੀ ਉਸ ਰਾਜੇ ਨੇ ਤੈਅ ਕੀਤੀ। ਯਾਨੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਉਹਨੂੰ ਬਚਨ ਕੀਤੇ ਸੀ ਵੀ ਤੂੰ ਪਿੱਛੇ ਮੁੜ ਕੇ ਨਾ ਦੇਖੀ। ਤਾਂ ਰਾਜੇ ਬੈਣ ਸਿੰਘ ਨੇ 300-400 ਮੀਟਰ ਚੱਲ ਕੇ ਜੀ ਪਿਛਲੇ ਪਾਸੇ ਨੂੰ ਪਿੱਛੇ ਮੁੜ ਕੇ ਦੇਖਿਆ ਤਾਂ ਗੰਗਾ ਉਸੇ ਜਗ੍ਹਾ ਰੁਕ ਗਈ ਜੀ। ਇਹ 300-400 ਮੀਟਰ ਦਾ ਏਰੀਆ ਆ ਜੀ ਜਿਸ ਏਰੀਏ ਦੇ ਵਿੱਚ ਗੰਗਾ ਪ੍ਰਗਟ ਆ ਜੀ। ਦੁੱਧ ਦੀ ਧਾਰਾ ਆ ਜੀ ਉਰੇ ਬਹੀ ਸੀਗੀ, ਆਪਾਂ ਉਹਦੇ ਵੀ ਦਰਸ਼ਨ ਕਰਦੇ ਹਾਂ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਬਚਨ ਕੀਤੇ ਸੀਗੇ ਜੀ ਇਸ ਜਗ੍ਹਾ ਦੇ ਉੱਤੇ ਪਾਣੀ ਸੁੱਕੇਗਾ ਨਹੀਂ, ਅੰਨ ਮੁੱਕੇਗਾ ਨਹੀਂ। ਤੁਸੀਂ ਯਕੀਨ ਮੰਨਿਓ ਇਸ ਜਗ੍ਹਾ ਤੇ ਇਸ ਏਰੀਏ ਦੇ ਵਿੱਚ ਨਾ ਪਾਣੀ ਦੀ ਨਾ ਅੰਨ ਦੀ ਭੋਜਨ ਦੀ ਕੋਈ ਵੀ ਕਮੀ ਨਹੀਂ ਆਉਂਦੀ ਜੀ। ਤੁਸੀਂ ਵੀ ਮੌਕਾ ਲੱਗਿਆ ਤਾਂ ਆਪਣੇ ਪਰਿਵਾਰ ਸਮੇਤ ਜ਼ਰੂਰ ਇਸ ਸਥਾਨ ਦੇ ਦਰਸ਼ਨ ਕਰਨ ਆਇਓ ਜੀ। ਬਹੁਤ ਸੋਹਣਾ ਇਹ ਸਥਾਨ ਬਣਿਆ ਹੋਇਆ ਆ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਜ਼ਰੂਰ ਕਰਿਓ ਜੀ। ਆਜੋ ਹੁਣ ਆਪਾਂ ਚੱਲਦੇ ਹਾਂ ਉਸ ਪਵਿੱਤਰ ਚਰਨ ਛੋਹ ਗੰਗਾ ਦੇ ਦਰਸ਼ਨ ਕਰਦੇ ਹਾਂ। ਆਜੋ ਜੀ ਆਪਾਂ ਦਰਸ਼ਨ ਕਰਦੇ ਹਾਂ ਦੁੱਧ ਦੀ ਧਾਰਾ ਸੱਚਖੰਡ ਦੇ ਜੀ। ਇਸ ਜਗ੍ਹਾ ਜੀ ਕਾਫੀ ਸਮਾਂ ਤੱਕ ਦੁੱਧ ਦੀ ਧਾਰਾ ਵਹਿੰਦੀ ਰਹੀ ਆ ਜੀ। ਸੰਗਤ ਨੇ ਉਸ ਵੇਲੇ ਦਰਸ਼ਨ ਵੀ ਕੀਤੇ ਸੀਗੇ ਜੀ। ਆਜੋ ਆਪਾਂ ਦਰਸ਼ਨ ਕਰਦੇ ਹਾਂ ਜੀ ਇਸ ਜਗ੍ਹਾ ਦੇ, ਇਸ ਸਥਾਨ ਦੇ ਜੀ ਜਿਸ ਜਗ੍ਹਾ ਦੁੱਧ ਦੀ ਧਾਰਾ ਵਹੀ ਸੀ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ, ਸਾਡਾ ਹੌਸਲਾ ਵਧਾਇਓ ਜੀ। ਇਹ ਆ ਜੀ ਉਹ ਪਵਿੱਤਰ ਜਗ੍ਹਾ ਜੀ ਜਿਸ ਜਗ੍ਹਾ ਜੀ ਦੁੱਧ ਦੀ ਧਾਰਾ ਵਹੀ ਸੀ ਜੀ। ਕੁਝ ਸਮਾਂ ਚੱਲਣ ਤੋਂ ਬਾਅਦ ਜੀ
ਦੋਧੀ ਧਾਰਾ ਬੰਦ ਹੋ ਗਈ ਸੀ ਜੀ, ਅਤੇ ਸਾਹਮਣੇ ਆਪਾਂ ਦਰਸ਼ਨ ਕਰ ਸਕਦੇ ਹਾਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਤਿਮਾ ਲੱਗੀ ਹੋਈ ਆ ਇਸ ਅਸਥਾਨ ਦੇ ਉੱਤੇ ਜੀ। ਮੱਥੇ ਦੀਆਂ ਲਕੀਰਾਂ ਨੂੰ ਲੋਕੀ ਕਹਿੰਦੇ ਜੋੜੇ ਗੰਢ ਦਾ, ਉਹ ਗੰਢ ਦਾ ਤਕਦੀਰਾਂ ਨੂੰ ਲੋਕੀ ਕਹਿੰਦੇ ਜੋੜੇ ਗੰਢ ਦਾ, ਉਹ ਗੰਢ ਦਾ ਤਕਦੀਰਾਂ ਨੂੰ ਮਹਿਲਾ ਵਾਲੇ ਚੇਲੇ ਫਿਰ ਵੀ ਝੋਂਪੜੀ ਦੇ ਵਿੱਚ ਰਹਿੰਦਾ ਏ, ਪੱਥਰ ਜਾਣੇ ਪਾਰਸ ਟੰਗ ਦਿਓ ਸੱਤਣ ਦੇ ਵਿੱਚ ਕਹਿੰਦਾ ਏ, ਕਹਿੰਦਾ ਦੱਸੋ ਕੀ ਕਰਨਾ ਏ, ਕਹਿੰਦਾ ਦੱਸੋ ਕੀ ਕਰਨਾ ਏ, ਝੂਠੀਆਂ ਸਭ ਜੰਗੀਰਾਂ ਨੂੰ ਲੋਕੀ ਕਹਿੰਦੇ ਜੋੜੇ ਗੰਢ ਦਾ, ਉਹ ਗੰਢ ਦਾ ਤਕਦੀਰਾਂ ਨੂੰ ਲੋਕੀ ਕਹਿੰਦੇ ਜੋੜੇ ਗੰਢ ਦਾ, ਉਹ ਗੰਢ ਦਾ ਤਕਦੀਰਾਂ ਨੂੰ ਆਪਾਂ ਸਾਰਿਆਂ ਨੇ ਜੀ ਰਲ ਮਿਲ ਕੇ ਉਸ ਸਥਾਨ ਦੇ ਦਰਸ਼ਨ ਕਰ ਲਏ ਜਿਸ ਜਗ੍ਹਾ ਦੋਧੀ ਧਾਰਾ ਵਹੀ ਸੀ ਜੀ। ਆਜੋ ਹੁਣ ਆਪਾਂ ਚੱਲਦੇ ਹਾਂ ਉਸ ਜਗ੍ਹਾ ਵੱਲ ਨੂੰ ਜੀ ਜਿਸ ਜਗ੍ਹਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸੱਜੇ ਪੈਰ ਦੇ ਸੱਜੇ ਅੰਗੂਠੇ ਨਾਲ ਜੀ ਗੰਗਾ ਪ੍ਰਗਟ ਕੀਤੀ ਸੀ ਜੀ। ਇੱਕ ਗੱਲ ਤੁਸੀਂ ਹੋਰ ਉਰੇ ਹੋਰ ਦੇਖੋ ਜਿਸ ਜਗ੍ਹਾ ਸਥਾਨ ਬਣਿਆ ਹੋਇਆ ਉੱਚੇ ਉੱਚੇ ਪਹਾੜ ਨੇ ਆਪਾਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜੀ। ਮਨ ਨੂੰ ਇੱਕ ਸਕੂਨ ਇੱਕ ਸ਼ਾਂਤੀ ਮਿਲਦੀ ਆ ਜਦੋਂ ਆਪਾਂ ਇਹਨਾਂ ਸਥਾਨਾਂ ਦੇ ਦਰਸ਼ਨ ਕਰਦੇ ਹਾਂ। ਜ਼ਿੰਦਗੀ 'ਚ ਮੌਕਾ ਲੱਗਿਆ ਤਾਂ ਜ਼ਰੂਰ ਜੀ ਇੱਕ ਵਾਰ ਇਸ ਸਥਾਨ ਦੇ ਦਰਸ਼ਨ ਕਰਨ ਆਇਓ ਜੀ। ਆਜੋ ਹੁਣ ਆਪਾਂ ਚੱਲਦੇ ਹਾਂ ਉਸ ਪਵਿੱਤਰ ਚਰਨ ਛੋਹ ਗੰਗਾ ਵੱਲ ਨੂੰ ਜੀ ਦਰਸ਼ਨ ਕਰਦੇ ਹਾਂ ਜੀ। ਅਤੇ ਜੀ ਪਵਿੱਤਰ ਚਰਨ ਛੋਹ ਗੰਗਾ ਜੀ ਗੰਗਾ ਦੇ ਦਰਸ਼ਨ ਕਰ ਲਏ ਨੇ ਜੀ। ਆਜੋ ਹੁਣ ਆਪਾਂ ਚੱਲਦੇ ਹਾਂ ਉਸ ਪਵਿੱਤਰ ਸਰੋਵਰ ਵੱਲ ਨੂੰ ਜਿਸ ਜਗ੍ਹਾ ਆਪਾਂ ਇਸ਼ਨਾਨ ਕਰ ਸਕਦੇ ਹਾਂ। ਇੱਕ ਗੱਲ ਤੁਸੀਂ ਉਰੇ ਹੋਰ ਦੇਖੋ, ਇਹ ਨਾ ਇੱਦਾਂ ਬਣਾਇਆ ਹੋਇਆ ਕਿਸੇ ਨੇ ਪੱਥਰਾਂ ਦੇ ਉੱਤੇ, ਪੱਥਰ ਆ ਕੇ ਗੁੰਬਦ ਟੈਪ ਉੱਚਾ ਜਿਹਾ,